ਬਾਬਾ ਬਾਲੀ ਸ਼ਾਹ ਹਾਂ ਬਾਬਾ ਮਾਮ ਸ਼ਾਹ ਪਿੰਡ ਪਤਾਪੁਰ ਸੰਭਾਲ ਰੋਡ ਕਿਲੇ ਵਾਲੀ ਸਰਕਾਰ ਕਿੰਨੇ ਚਿਰ ਤੋਂ ਮਨਾਇਆ ਜਾ ਰਿਹਾ ਇਹ ਮੇਲਾ ਬਹੁਤ ਚਿਰ ਦਾ ਪੁਰਾਣਾ ਮੇਲਾ 6-7 ਸਾਲ ਮੇਲਾ ਚੱਲਣ ਡੇ ਨੇ ਹੋ ਗਿਆ ਅੱਜ ਦਾ ਮੇਲਾ ਨਹੀਂ ਪੁਰਾਣਾ ਦਰਬਾਰ ਹੈ ਇਤਿਹਾਸਿਕ ਦਰਬਾਰ ਹੈ ਪ੍ਰੋਗਰਾਮ ਇਹ ਹੋਈ ਆ ਵੀ ਕਵਾਲ ਕਵੂਲ ਲੱਗਦੇ ਆ ਕਵਾਲ ਸ਼ੁਰੂ ਤੋਂ ਲੱਗਦੇ ਆਏ ਆ ਥੋੜ੍ਹਾ ਚਿਰ ਹਟ ਗਏ ਵਿੱਚੋਂ ਜਦੋਂ ਪਾਤਾਂ ਚਲੇ ਗਏ ਬਜ਼ੁਰਗ ਸਾਡੇ ਉਸ ਤੋਂ ਬਾਅਦ ਫਿਰ ਸਾਨੂੰ ਸੇਵਾ ਜਨਾਬ ਸੌਂਪ ਕੇ ਉਸ ਤੋਂ ਸੇਵਾ ਅਸੀਂ ਫਿਰ ਕਰਨ ਲੱਗ ਪਏ ਫਿਰ ਸ਼ੁਰੂ ਕੀਤੇ ਕਵਾਲ ਸਕਤਾਂ ਫਿਰ ਰਲ ਮਿਲ ਕੇ ਸਾਰਾ ਸਹਿਯੋਗ ਪਿੰਡ ਵਾਲਾ ਦਿੰਦਾ ਵਾ ਸਾਰੇ ਸਹਿਯੋਗ ਨਾਲ ਚੱਲਣ ਡਏ ਆ ਹਜ਼ਰਤ ਧੰਨ ਧੰਨ ਬਾਬਾ ਇਮਾਮ ਸ਼ਾਹ ਨੌਸ਼ਾਹੀ ਕਾਦਰੀ ਜਿਨ੍ਹਾਂ ਦਾ ਸਲਾਨਾ ਉਰਸ ਹਰ ਸਾਲ ਦੀ ਤਰ੍ਹਾਂ ਨਗਰ ਵਾਲੇ ਰਲ ਕੇ ਔਰ ਗੱਦੀ ਸ਼ੀਰ ਹਜ਼ਰਤ ਬਾਬਾ ਬਾਲੇ ਸ਼ਾਹ ਜੀ ਉਹਨਾਂ ਦੇ ਮੁਰਸ਼ਿਦ ਹਜ਼ਰਤ ਬਾਬਾ ਯਕੀਨ ਸ਼ਾਹ ਜੀ ਉਹਨਾਂ ਦੇ ਮੁਰਸ਼ਿਦ ਹਜ਼ਰਤ ਬਾਬਾ ਕਰੀਮ ਸ਼ਾਹ ਜੀ ਉਹਨਾਂ ਦੇ ਮੁਸਤਾਹ ਬਾਬਾ ਅਮੀਰ ਸ਼ਾਹ ਜੀ ਇਸ ਵਕਤ ਹਜ਼ਰਤ ਬਾਬਾ ਇਮਾਮ ਸ਼ਾਹ ਦਾ ਉਰਸ ਚੱਲ ਰਿਹਾ ਨੇ ਜਿਹੜੇ 777-768 ਸਾਲ ਹੋ ਚੱਲੇ ਨੇ ਇਹ ਆ ਬਗਦਾਦ ਸ਼ਰੀਫ ਦੇ ਵਿੱਚੋਂ ਹਜ਼ਰਤ ਗੌਸਲੇ ਆਜ਼ਮ ਘਰਾਣਾ ਨੌਸ਼ਾਹੀ ਕਾਦਰੀ ਉਹਨਾਂ ਦੇ ਪੜੋਤਰੇ ਇਸ ਜਗ੍ਹਾ 'ਤੇ ਆਏ ਅਤੇ ਉਹਨਾਂ ਇਸ ਜਗ੍ਹਾ ਤੋਂ ਦੇਹ ਨੂੰ ਕਾਬੂ ਕੀਤਾ ਦੇਹ ਨੂੰ ਕਾਬੂ ਕਰਕੇ ਅਤੇ ਪਿੰਡ ਵਸਾਇਆ ਪਹਿਲਾਂ ਇਹ ਪਿੰਡ ਥੇਤੇ ਸੀ ਫਿਰ ਇਹ ਪਿੰਡ ਦੇ ਵਿੱਚੋਂ 4 ਪਿੰਡ ਬਣੇ ਇੱਬਣ ਮੁਲੇ ਚੱਕ ਭਰਾੜੀਆਲ ਅਤੇ ਪਤਾਪੁਰ ਇਹਨਾਂ ਫਿਰ ਬਜ਼ੁਰਗਾਂ ਦੀ ਰਹਿਮਤ ਨਾਲ ਚੱਲਦੇ ਆਏ ਫਿਰ ਉਹ ਹੁਣ ਬਾਬਾ ਯਕੀਨ ਸ਼ਾਹ ਤੋਂ ਗੱਦੀ ਨਸ਼ੀਰ ਹਜ਼ਰਤ ਬਾਬਾ ਬਾਲੇ ਸ਼ਾਹ ਜੀ ਬਜ਼ੁਰਗ ਉਹਨਾਂ ਦੀ ਰਹਿਮਤੁੱਲਾ ਹਜ਼ਰਤ ਨਗਰ ਦੀ ਰਹਿਮਤੁੱਲਾ ਦੇ ਨਾਲ ਇਹ ਨਗਰ ਖੇੜੇ ਦੇ ਨਾਲ ਉਰਸ ਹਰ ਸਾਲ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਹਾਂਜੀ ਬਾਬਾ ਕੀ ਨਾਮ ਹੈ ਨਾਮ ਮੇਰਾ ਜੀ ਅਸ਼ੀਸ਼ ਸੁਸ਼ੀਲ ਅਸ਼ਰਫੀ ਇਹ ਸਰ ਮੈਸੇਜ ਸੰਗਤ ਨੂੰ ਇਹੋ ਹੀ ਹੈ ਵੀ ਇਹ ਸਰਕਾਰ ਬਾਬਾ ਇਮਾਮ ਸ਼ਾਹ ਵਾਲੀ ਜੀ ਦਾ ਮੇਲਾ ਮਨਾਇਆ ਜਾਂਦਾ ਹਰ ਸਾਲ ਮਨਾਇਆ ਜਾਂਦਾ ਜਿਸ ਵਿੱਚ ਬਹੁਤ ਬਹੁਤ ਦੂਰੋਂ ਸੰਤ ਨੇ ਆਉਂਦੇ ਆ ਮੇਲੇ ਦੀ ਰੌਣਕ ਵਧਾਉਂਦੇ ਆ ਇਹ ਸਾਰੇ ਨਗਰ ਕੀਰਤਨ ਨਗਰ ਜੋ ਵੀ ਹੁੰਦਾ ਜਿੰਨਾ ਇਕੱਠ ਹੁੰਦਾ ਸਾਰਾ ਪਿੰਡ ਵਾਲਿਆਂ ਦੀ ਸਾਰੀ ਸਹਿਮਤੀ ਨਾਲ ਸਾਰਾ ਇਕੱਠੇ ਰਲ ਕੇ ਪ੍ਰੋਗਰਾਮ ਕਰਦੇ ਨੇ ਅਤੇ ਇਹਨਾਂ ਵਿੱਚੋਂ ਇਹੋ ਹੀ ਹੈ ਸੁਨੇਹਾ ਸਾਰਿਆਂ ਨੂੰ ਵੀ ਆਪਸ 'ਚ ਮਿਲ ਚੱਲ ਕੇ ਭਾਈਚਾਰੇ ਨਾਲ ਸਾਰੀ ਸੰਗਤ ਸਾਰੇ ਮੇਲੇ ਦੀ ਰੌਣਕ ਵਧਾਵੇ ਬਸ ਇਹੋ ਸਾਰਿਆਂ ਨੂੰ